ਅੱਜ ਦੀ ਰੋਟੀ ਇਜਾਜ਼ ਭਾਈ ਅਗਰ ਤੁਹਾਨੂੰ ਪਸੰਦ ਆਵੇ ਤਾਂ ਨਹੀਂ ਬਣੀ ਤਾਂ ਮਰਾ ਚੀ ਹੈ ਆਲੂ ਅੰਡੇ ਦੀ ਸਮਝ ਲਵੇ ਤਾਂ ਵੀ ਆਈ ਪੀ अस्सलाम वालेकुम। की हाल चाल है तमाम बहन भाइयों का? उम्मीद करना था ठीक हो, अल्लाह पाक का शुक्र है मैं भी बिल्कुल ठीक हूँ। आज का व्लॉग बड़ा ज़बरदस्त बनने वाला है क्योंकि आज बेगम मेरी ने बड़े दिनों तक कहा कि खेत घूमन जाना है। मैं कहा चल ठीक है कि चलने हैं, तो अबू जी ने भी उतु कॉल की है कि जरा आओ काम में गा लेकिन जाने। मैं चले ए चाह भी पूरा हो जाए तो अबू जी की भी गल सुन के आने तो अभी जान लगे हैं। अबू जी मेरे आए थे लेकिन उन्होंने कहा छेती आ, उन्होंने कितने जाना थी टूअल खड़ा एम यूरी भी उत्ते ने ते सी पहुंचन लगे हैं। पहले तो असं सोचा सी कि टूअल चलने फिर वो वेख्या तो अबू होरी अगे आने पहले अबू जी को लो लैने तो फिर बाकी इतने टूअल से आने वा वो अबू होरी क्योंकि अबू होरा स्कूटर में वेख्या वो अगे खड़ा है तो अबू जी को जाने के पूछने खैर सी वो अगे जाने वेखो ट्राली के कोल कर खड़े ने। हाए हाए लो जी ओके आ गए सी ट्राली के कोल इतने अबू का स्कूटर खड़ा तो हम देखने हो गया के ट्राली फस गई है अज फिर ट्रैक्टर अगो चुकया जाता है कि अबू अगू बना है क्योंकि ना ए जगह ते ट्राली फस गई सी उत्ते गन्ना काफी ज्यादा है ते काम बहुत ज्यादा ना वेखो क्योंकि वजन ज्यादा सी थोड़ा थोड़े बहुत लगता है ते बहुत ही काम ना खराब हो गए। लेकिन अबू जी मेरे ड्राइवर ने बहादुरी एक किस्म दी हुंदी नाले पर ड्राइवर बंदे नूं पता हुंदा किस तरह निकलनी है। मुसाफिर जो स्लिप या कोई डिगे ना क्या अबू उत्ते ट्राली नूं कढ़न गए ने क्योंकि जो ड्राइवर जिदी है ना ट्राली ट्रैक्टर उन्होंने इन्ना नहीं पता सी वो रोड से लाक देन गए ने ते बाकी छोटे भाई और ने मैनूं कॉल की है कि उन्होंने कहा कि उन्हें जो ड्राइवर उन्हें कहा कि बीन मेरी जगह तू जा ते छोटे भाई चाहते ने कि ना जावे इस गलू मैं आया गया मैनूं दस्सिया कि इस तरह सा फोन किया गया कि बिना अबू रोक फिर अबू जी ने मैं कहा कि तुम नहीं जाना जी जी बाकी अबू गल मेरी मान भी गए ने उन्होंने कहा चलो ठीक है बेटा मैं नहीं जाता। मैं कहा जो जरूरत नहीं है एवं रात दो दिन पता नहीं किन्ने दिन सलील कर देंगे तो अबू जी नहीं जा रहे बस सू खुशी साढ़े को अबू जी बाकी ये ड्राइवर अज मन गया अबू बाकी ड्राइवर मेरा चलने टूअल से अबू जी करा के आ जाते हैं
ਬਾਕੀ ਇਹਦੇ ਕੋਲ ਖਾਸ ਤੌਰ ਤੇ ਸਫ਼ਰ ਕਾਫੀ ਜ਼ਿਆਦਾ ਰਸਤਾ ਵੀ ਕਾਫੀ ਖਰਾਬ ਆ ਅਤੇ ਐਵੇਂ ਜਿੱਥੋਂ ਦੋ ਚਾਰ ਮਤਲਬ ਸੌ ਪਿੱਛੇ ਆਪਣੇ ਐਵੇਂ ਇੰਨੇ ਰਿਸਕ ਲਈਏ ਬੋਲ ਰੱਖਿਆ ਕਿ ਬਾਈ ਤੁਸੀਂ ਆ ਜਾਓ ਡਰਾਈਵਰ ਬੰਦੇ ਜਾਣੇ ਨੇ ਕੰਮ ਜਾਣੇ ਆਪਣੀ ਹੁੰਦੀ ਅਤੇ ਫਿਰ ਅਸੀਂ ਜਾਂਦੇ ਜੀ ਤਾਂ ਆ ਗਏ ਹਾਂ ਵੇਖੋ ਬਾਕੀ ਸਾਈਡ ਤੋਂ ਧੁੱਪ ਲੱਗ ਰਹੀ ਹੈ ਖਰਗੋਸ਼ ਮਾਸ਼ਾਅੱਲਾ ਵੇਖੋ ਧੁੱਪ ਤੇ ਲੱਗੇ ਹੋਏ ਅਤੇ ਬੱਚੇ ਵੇਖੋ ਕਿੰਨੇ ਪਿਆਰੇ ਨੇ ਮੈਨੂੰ ਬਹੁਤ ਪਸੰਦ ਨੇ ਬੱਚੇ ਸਹੀ ਅਮੀ ਬਾਹਰ ਨਿਕਲ ਆ ਆਹੋ ਤੇ ਬਾਕੀ ਵੇਖੋ ਹਾਂ ਅੱਜ ਵੀ ਜਾ ਕੇ ਵੇਖਨੇ ਆ ਮੈਂ ਉੱਥੇ ਕੁੱਤਾ ਨੇ ਬਾਕੀ ਵੇਖੋ ਜੇ ਸੂਰਜ ਖੜਾ ਹੈਗਾ ਐਵੇਂ ਅੱਧਾ ਘੰਟਾ ਅੱਧੇ ਘੰਟੇ ਬਾਅਦ ਸ਼ਾਮ ਹੁੰਦੀ ਮੈਂ ਕਿਹਾ ਚੱਲ ਬੇਗਮ ਮੇਰੀ ਦੀ ਖੁਆਇਸ਼ ਸੀ ਖੇਤਾਂ 'ਚ ਫਿਰਾਂ ਦੇ ਮੈਂ ਕਿਹਾ ਚੱਲ ਫਿਰਾ ਕੇ ਆਉਂਦੇ ਹਾਂ ਤਾਂ ਵੇਖੋ ਨਾਲ ਨਾਲ ਕੇ ਨਾਲ ਮੈਂ ਕਿ ਗੰਨਾ ਹੀ ਚੁੱਪ ਲਈਏ ਸਹੀ ਹੈ ਹੁਣ ਮੂਲੀਆਂ ਵੱਡੀਆਂ ਹੋ ਗਈਆਂ ਹੋਣਗੀਆਂ ਵੇਖ ਲੈ ਚੱਲ ਬੇਟਾ ਆਪਾਂ ਮੂਲੀਆਂ ਵੇਖੀ ਉਹ ਉਧਰ ਆਲੂ ਨੇ ਤੁਹਾਨੂੰ ਪਿਛਲੇ ਵਲੌਗਾਂ 'ਚ ਦੱਸਿਆ ਗਿਆ ਕਿਆ ਥੂਮ ਪਾਲਕ ਇਹਦੇ ਵਿੱਚ ਫਸਲ ਵੀ ਨੇ ਪਿਆਜ਼ ਮਤਲਬ ਸਾਡੀ ਜ਼ਬਾਨ 'ਚ ਫਸਲ ਅਸੀਂ ਨੇ ਪੰਜਾਬੀ ਫੁੱਲ ਗਾਜਰਾਂ ਨਹੀਂ ਛੋਟੇ ਛੋਟੇ ਚਲ ਜਾਉਂਦੀ ਆ ਮੂਲੀਆਂ ਆ ਗਾਜਰ ਦੇਖੋ ਮੇਰੀ ਕਹਿ ਰਹੀ ਛੋਟੇ ਛੋਟੇ ਨੇ ਗਾਜਰਾਂ ਨੇ ਤੇ ਅੱਗੇ ਹੁਣ ਤੁਹਾਨੂੰ ਜਾ ਗੋਂਗਲੇ ਵੀ ਖਾਂਦੇ ਆ ਤੇ ਕਿਤੇ ਗਏ ਆਲੂ ਤੁਸੀਂ ਬਾਕੀ ਟੋਟਲ ਸਾਰਾ ਆਲੂ ਗੱਡੇ ਹੋਇਆ ਆਹ ਧਨੀਆ ਮੇਥੀ ਗੋਂਗਲੂ ਪਾਲਕ ਉਹ ਪਤਾ ਨਹੀਂ ਕਿਹੜੀ ਚੀਜ਼ ਹੈਗੀ ਦੇਖੋ ਕਹਿ ਰਹੀ ਹੈ ਕਿ ਬੇਟੇ ਨੂੰ ਵਿੱਚ ਖੜੇ ਕਰਕੇ ਮੈਨੂੰ ਫੋਟੋ ਖਿੱਚ ਕੇ ਦੇ ਵਧੀਆ ਐਵੇਂ ਠੰਡ ਨਾ ਹੋ ਜਾਏ ਬੇਟਾ ਨੀਚੇ ਬੈਠੋ ਚਲੋ ਫੋਟੋ ਵੀ ਨਹੀਂ ਖਿੱਚ ਰਿਹਾ ਮੈਂ ਵੇਖੋ ਫੋਟੋ ਖਿੱਚ ਹਾਂਜੀ ਤੇ ਮੈਂ ਲੱਭ ਰਹੀ ਹਾਂ ਕੋਈ ਵੱਡਾ ਸ਼ਲਜਮ ਕਿਉਂਕਿ ਮੈਂ ਖਾਣ ਲੱਗੀ ਹਾਂ ਖੈਰੇ ਤੇ ਮੂਲੀਆਂ ਦੇ ਬੂਟੇ ਨੇ ਸ਼ਾਇਦ ਮੂਲੀ ਵਿੱਚ ਓਡੀ ਸਾਰੀ ਲੱਭ ਜਾਏ ਸ਼ਲਜਮ ਬਿਲਕੁਲ ਛੋਟੇ ਛੋਟੇ ਲੱਗਦੇ ਨੇ ਵੱਡਾ ਸ਼ਲਜਮ ਵੇਖਣੇ ਆ ਕਿੱਧਰੋਂ ਸ਼ਾਇਦ ਲੱਭ ਜਾਏ ਕਿਉਂਕਿ ਮੈਨੂੰ ਕੱਚੀ ਸਬਜ਼ੀ ਖਾਣ ਦਾ ਬਹੁਤ ਸ਼ੌਂਕ ਹੈ ਬੜੀ ਅੱਛੀ ਲੱਗਦੀ ਹੈ ਹਾਲੇ ਬਿਲਕੁਲ ਛੋਟੇ ਛੋਟੇ ਨੇ ਸਾਰੇ ਸ਼ਲਜਮ ਨੇ ਉਧਰ ਮੂਲੀਆਂ ਸੀ ਇਹ ਸ਼ਲਜਮ ਨੇ ਆਹ ਵੱਡਾ ਸ਼ਲਜਮ ਲੱਭ ਗਿਆ ਥੋੜ੍ਹਾ ਜਿੰਨਾ ਵੱਡਾ ਇੰਨਾ ਵੱਡਾ ਦੋ ਲੱਗੇ ਉਹਨੂੰ ਚਲੋ ਇੱਕ ਤੋੜ ਲੈਂਦੇ ਹਾਂ ਟੁੱਟ ਗਿਆ ਉਹਦੇ 'ਚ ਦੋ ਨਿਕਲਦੇ ਪਏ ਇੱਕ ਸ਼ਲਜਮ ਤੋਂ ਦੋ ਸ਼ਲਜਮ ਬਣਦੇ ਪਏ ਚਲੋ ਜੀ ਮਿੱਟੀ ਸਾਫ਼ ਕਰ ਦਿੰਦੇ ਹਾਂ ਜੀ ਅਤੇ ਕੱਲ੍ਹ ਆ ਰਹੀ ਅਸੀਂ ਅਤੇ ਇਸ ਲਈ ਉਹ ਵਲੌਗ ਉੱਥੇ ਮੁਕੰਮਲ ਨਹੀਂ ਹੋ ਸਕਿਆ ਲੇਕਿਨ ਖੈਰ ਹੁਣ ਚੱਲਿਆ ਕਿਉਂਕਿ ਸ਼ਾਮ ਕਾਫੀ ਹੋ ਗਈ ਹੈ ਮੰਮੀ ਜੀ ਵੀ ਇੱਥੇ ਨੇ ਵੇਖੋ ਗਰੂਬ ਹੋਣ ਲੱਗਾ ਅਤੇ ਬੱਚੇ ਸਾਰੇ ਮਤਲਬ ਰੋਟੀ ਖਾਣ ਛੋਟੇ ਭਾਈਆਂ ਨੇ ਵੀ ਜੋ ਰੋਟੀ ਖਾਣੀ ਹੈ ਸੁਬਾਹ ਦੀ ਖਾਣੀ ਹੈ ਅੱਜ ਮੈਂ ਕੰਮ ਕਾਫੀ ਜ਼ਿਆਦਾ ਕੀਤਾ ਹੈ ਅਤੇ ਮੰਮੀ ਜੀ ਨੇ ਕਿਹਾ ਹੈ ਕਿ ਫਿਰ ਕਦੇ ਆ ਜਾਇਆ ਜੇ ਮੈਂ ਕੱਲ੍ਹ ਆ ਜਾਇਆ ਜੇ ਜਦੋਂ ਤੁਹਾਡੀ ਦੇਰ ਆ ਜਾਏ ਲੇਕਿਨ ਰੋਟੀ ਜਾ ਕੇ ਬਣਾ ਦਿਓ ਸਾਰਿਆਂ ਨੂੰ ਬੜੀ ਭੁੱਖ ਲੱਗੀ ਤਾਂ ਚਲੋ ਚੱਲ ਗਿਆ ਫਿਰ ਸਾਰੇ ਖਾ ਲੈਣ ਅਤੇ ਮੂਜੀ ਨੇ ਵੀ ਭੁੱਖ ਲੱਗੀ ਉਹਨਾਂ ਨੇ ਕਿਹਾ ਗਿਆ ਕਿ ਰੋਟੀ ਪਕਾਓ ਤਿਆਰ ਹੈ ਮੂਜੀ ਦੀ ਕਾਲ ਤੇ ਕਾਲ ਆ ਰਹੀ ਸੀ ਕਿ ਰੋਟੀ ਬਣਾਓ ਇਸ ਨੂੰ ਜਾ ਰਿਹਾ ਗਰੇ ਅਤੇ ਗਰੇ ਜਾ ਕੇ ਮਿਲਦੇ ਹਾਂ ਜੀ ਗਰੇ ਪਹੁੰਚ ਗਿਆ ਸਕੂਟਰ ਆ ਸਵਾ ਦਿੱਤਾ ਹੈ ਅਤੇ ਬੇਗਮ ਮੈਂ ਜਿੰਦਰ ਬੇਟੇ ਮੇਰੇ ਨੂੰ ਸਲਾਹ ਰਹੀ ਹੈ ਚਿੰਗੇ ਪਾ ਕੇ ਅਤੇ ਕਿਉਂਕਿ ਉਹਨਾਂ ਨੇ ਖਾਣਾ ਪਕਾਉਣਾ ਹੈਗਾ ਸਾਰੇ ਬੱਚਿਆਂ ਨੂੰ ਵਾਹਵਾ ਭੁੱਖ ਲੱਗੀ ਹੋਈ ਅਤੇ ਉਹ ਖਾਣਾ ਪਕਾਉਂਦੇ ਨੇ
मैं हूँ चले गए दुकान का कोई समान थोड़ा रह गया वो लैके आना चल अबू जी की कॉल आई है कि उन्होंने कह के आते बाबा और मैंने लैके आ तो उधर भी जाना तुम पहले ही दसाया गया तो पहले समान लैके दे ले क्योंकि आंदे तक दुकाना बंद हो जाने इतों होकर फिर उधर चलने गया तो मैं थोड़े जे पैसे लै गया मैं 1800 रुपये लै गया मैं चल समान लैके आने लेकिन 1800 की जगह तो 4500 रुपया लग गया इन्हें थोड़े छापने चैक करो खैर कोई नहीं समान तुम्हें पता लैन को जमीन कुछ सोच ही तो और लेनिया पै जाए ने तो मैं घरे पहुँच गया हूँ जाने छोटा भाई चला गया उधर अबू लैन मेरे आने तक उधर जाना सी लेकिन अबू लैन वो चला गया तो अबू जी ने कहा कि अपने छोटे दूसरे मेरे भाई को लैके उत्थे आ तो लै गया अबू जी आ रहे हैं तो छोटे भाई ने छड़ देना मैं जान लगा ते वो तो हो के ते फिर आने आ गया ते आए चलो ठीक है मैं चेक कुल्फी ना बड़ी थी ओए कुल्फी कुल्फी नहीं बनती मैं गया बस आया हां जी जैसे से आ गया अबू को ते हो किस वजह से बुलाया कि ट्रैक्टर फंस गया है ते इजाज भाई बंदे ने ते हो फंस गया उत तारा निशान तो ते देखो ना काम खराब हो गया अल्लाह खैर करेगा तुम्हें तो ट्राली होने तो मोड़नी है खराब हो गई तो तारा च फस गई है अल्लाह का शुक्र निकल गई है तो मोड़ने अल्लाह अज स्पेशल रेसिपी है वेखो अंडे की भुर्जी इजाज भाई ने बनाई है रहीम अज दी रोटी इजाज भाई अगर तुम पसंद आवे तो बड़ी तो मरा ची है आलू अंडे की समझ लेवे तो वीआईपी जी ठंड काफ़ी लग रही बाकी अलहमदुल्ला घर पहुँच गए तो सर्दी काफ़ी लग रही और रोटी वगैरह खाने हैं तो याद है बस इन्ना सारे व्लॉग शॉर्ट व्लॉग अपना ढेर सारा ख्याल रखा जी अल्लाह मेरे पास।